ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ 17 ਤੋਂ ਲੈ ਕੇ 20 ਦਸੰਬਰ ਪੰਜਾਬ ਦੇ ਮੌਸਮ ਦੀ ਕਿ 17 ਤੋਂ 20 ਦਸੰਬਰ ਦਰਮਿਆਨ ਇਹਨਾਂ 4 ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਅੰਦਰ ਆਏਗਾ ਹਵਾਵਾਂ ਤਾਪਮਾਨ ਬਦਲੂਗਾ ਠੰਡ ਤੁੰਦ ਕੋਰਾ ਕਿਹੜੇ ਇਲਾਕਿਆਂ ਵਿੱਚ ਨਵਾਂ ਸਿਸਟਮ ਪਹੁੰਚ ਸਕਦਾ ਹੈ ਸੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸੋ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰਦੇ ਹਾਂ ਹਵਾਵਾਂ ਦੇ ਨਾਲ ਹੀ ਮੌਸਮ ਬੜਾ ਜ਼ਿਆਦਾਤਰ ਬਦਲਦਾ ਹੈ ਹਵਾਵਾਂ ਲਗਭਗ ਆਪਾਂ ਨੂੰ 17 ਤਰੀਕ ਸਵੇਰ ਦੇ ਸਮੇਂ ਤੋਂ ਹੀ ਰਫ਼ਤਾਰ ਫੜਦੀਆਂ ਹੋਈਆਂ ਦੇਖਣ ਨੂੰ ਮਿਲਣਗੀਆਂ ਹਵਾਵਾਂ ਦੀ ਗਤੀ ਦੇ ਵਿੱਚ ਅੱਜ 17 ਦਸੰਬਰ ਨੂੰ ਥੋੜਾ ਜਿਹਾ ਵਾਧਾ ਹੋਵੇਗਾ ਉੱਤਰ-ਪੱਛਮੀ ਦਿਸ਼ਾ ਤੋਂ ਹਵਾਵਾਂ ਚੱਲਣਗੀਆਂ ਤੇ ਜਿਉਂ-ਜਿਉਂ ਸਵੇਰ ਤੋਂ ਅੱਗੇ ਵਧੇਗਾ ਤਾਂ ਹਵਾਵਾਂ ਦੀ ਗਤੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਹਵਾਵਾਂ ਕੁੱਲ ਮਿਲਾ ਕੇ 10 ਤੋਂ ਲੈ ਕੇ 20 ਕਿਲੋਮੀਟਰ ਜਾਂ ਕੁਝ ਇਲਾਕਿਆਂ ਵਿੱਚ 22-24 ਕਿਲੋਮੀਟਰ ਦੀ ਰਫ਼ਤਾਰ ਤੇ ਅੱਜ ਭੱਗ ਸਕਦੀਆਂ ਨੇ ਇਹਨਾਂ ਠ ਜੋ ਚੋਖਾ ਵਾਦਾ ਆਪਾਂ ਨੂੰ ਆਉਣ ਵਾਲੇ 1-2 ਦਿਨਾਂ ਵਿੱਚ ਦੇਖਣ ਨੂੰ ਮਿਲੇਗਾ। ਸੋ ਇਸ ਦੇ ਲਈ ਜੇਕਰ ਆਪਾਂ ਪੰਜਾਬ ਦੇ ਮੈਪ ਉੱਪਰ ਦੇਖੀਏ ਵੀ ਸਭ ਤੋਂ ਜ਼ਿਆਦਾ ਤੇਜ਼ ਹਵਾਵਾਂ ਕਿਹੜੇ ਇਲਾਕਿਆਂ ਵਿੱਚ ਬਣਣਗੀਆਂ ਤਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਜਿਹੜੇ ਸਾਰੇ ਇਲਾਕੇ ਪੈ ਜਾਂਦੇ ਨੇ ਪੂਰਬੀ ਇਲਾਕੇ ਸਾਈਡ ਤਾਂ ਇਹਨਾਂ ਇਲਾਕਿਆਂ ਵਿੱਚ ਹਵਾਵਾਂ ਜ਼ਿਆਦਾ ਤੇਜ਼ ਰਹਿਣਗੀਆਂ 15 ਤੋਂ ਲੈ ਕੇ 25 ਕਿਲੋਮੀਟਰ ਦਾ ਰਫਤਾਰ ਰਹੇਗੀ ਤੇ ਉਸ ਤੋਂ ਇਲਾਵਾ ਜਿਹੜਾ ਮੱਧ ਇਲਾਕਾ ਪੈ ਜਾਵੇਗਾ ਤਾਂ ਇਸ ਇਲਾਕੇ ਵਿੱਚ ਹਵਾਵਾਂ 10 ਤੋਂ ਲੈ ਕੇ 20 ਕਿਲੋਮੀਟਰ ਰਫਤਾਰ ਦੀਆਂ ਤੇ ਜਿਹੜੇ ਕੁਝ ਪੱਛਮੀ ਇਲਾਕੇ ਹੋਣਗੇ ਤਾਂ ਇਹਨਾਂ ਵਿੱਚ 5 ਤੋਂ ਲੈ ਕੇ 10 12 ਜਾਂ 15 ਕਿਲੋਮੀਟਰ ਰਫਤਾਰ ਤੱਕ ਦੀਆਂ ਹਵਾਵਾਂ ਵਗਣ ਦੇ ਸਾਰ ਬਣੇ ਹੋਏ ਨੇ ਤੇ ਇਸ ਦੇ ਨਾਲ ਹੀ ਧੁੰਦ ਦਾ ਮਾਹੌਲ ਹੈ ਜਿਹੜਾ ਆਪਾਂ ਨੂੰ ਸਵੇਰ ਦੇ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਦੇਖਣ ਨੂੰ ਮਿਲੇਗਾ ਤੇਜ਼ ਹਵਾਵਾਂ ਵਿੱਚ ਚੱਲਣ ਕਰਕੇ ਬਹੁਤ ਜ਼ਿਆਦਾ ਸੰਘਣੀ ਧੁੰਦ ਨਹੀਂ ਪਵੇਗੀ ਤੇ ਜ਼ਿਆਦਾ ਸਮੇਂ ਲੰਬੇ ਸਮੇਂ ਤੱਕ ਵੀ ਨਹੀਂ ਟਿਕੇਗੀ ਪਰ ਅਸਮਾਨ ਦੇ ਵਿੱਚ ਉੱਚੇ ਬੱਦਲ ਛਾਏ ਹੋਣ ਕਰਕੇ ਕੁਝ ਇਲਾਕਿਆਂ ਵਿੱਚ ਧੁੱਪ ਥੋੜੀ ਜਿਹੀ ਲੇਟ ਦੇਖਣ ਨੂੰ ਮਿਲੂਗੀ ਜਾਂ ਫਿਰ ਹਲਕੀ ਧੁੰਦਲੀ ਜਿਹੀ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਅਜਿਹਾ ਸਿਸਟਮ ਨਹੀਂ ਆ ਰਿਹਾ ਜਿਹੜਾ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕੇ ਜਾਂ ਪੰਜਾਬ ਦੇ ਵਿੱਚ ਸੰ ਹੋਣਗੇ 17 ਤੋਂ ਲੈ ਕੇ 20 ਦਸੰਬਰ ਦਰਮਿਆਨ ਤੇ ਜੋ ਪੰਜਾਬ ਦੇ ਦਿਨ ਦੇ ਤਾਪਮਾਨ ਹੋਣਗੇ ਉਹ ਲਗਭਗ 14 ਤੋਂ ਲੈ ਕੇ 16-17 ਡਿਗਰੀ ਦੇ ਆਸ-ਪਾਸ ਬਣਨਗੇ ਤੇ ਰਾਤ ਦੇ ਘੱਟੋ-ਘੱਟ ਤਾਪਮਾਨ 3 ਤੋਂ ਲੈ ਕੇ 5 ਡਿਗਰੀ ਦੇ ਆਸ-ਪਾਸ ਆਉਣ ਦੇ ਅਸਰ ਨੇ ਤੇ ਆਉਣ ਵਾਲੇ 1-2 ਦਿਨਾਂ ਤੱਕ ਭਾਵੇਂ ਕਿ 20 ਦਸੰਬਰ ਦੇ ਨੇੜੇ ਪਹੁੰਚੇ ਟੈਂਪਰੇਚਰ ਦੇ ਵਿੱਚ 2 ਡਿਗਰੀ ਦੇ ਆਸ-ਪਾਸ ਦੀ ਹੋਰ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਕਈ ਇਲਾਕਿਆਂ ਵਿੱਚ ਦਿਨ ਦੇ ਸਮੇਂ ਤਾਪਮਾਨ 12-14 ਡਿਗਰੀ ਦੇ ਆਸ-ਪਾਸ ਆ ਜਾਂਦਾ ਹੈ ਭਾਵੇਂ ਕਿ ਜਦੋਂ 14 ਡਿਗਰੀ ਤੋਂ ਤਾਪਮਾਨ ਘਟ ਜਾਂਦਾ ਹੈ ਤਾਂ ਉਸ ਨੂੰ ਸ਼ੀਤ ਲਹਿਰ ਜਾਂ ਕੋਲਡ ਉਹ ਗਿਣਿਆ ਜਾਂਦਾ ਹੈ ਸੂਜੇ ਸੰਖੇਪ ਵਿੱਚ ਕਿਹਾ ਤਾਂ ਅbschit lahor ਦਾ sheet lahar ਦਾ ਜਿਹੜਾ ਪਹਿਲਾ ਵੱਡਾ ਤਕੜਾ ਦੌਰ ਹੈ ਉਹ ਆਪਾਂ ਨੂੰ 20 ਦਸੰਬਰ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦਾ ਹੈ ਕਈ ਇਲਾਕਿਆਂ ਵਿੱਚ ਕੋਲਡ ਡੇ ਵਰਗਾ ਮਾਹੌਲ ਹੋ ਸਕਦਾ ਤੇ ਸੰਘਣੀ ਠੰਦ ਵੀ ਆਉਣ ਵਾਲੇ ਲਗਭਗ 2-4 ਦਿਨਾਂ ਤੱਕ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਕਈ ਇਲਾਕੇ ਜਿਹੇ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਦਿਨ ਦੇ ਸਮੇਂ ਧੁੱਪ ਦਾ ਮਾਹੌਲ ਥੋੜਾ ਜਿਹਾ ਘੱਟ ਹੀ ਦੇਖਣ ਨੂੰ ਮਿਲੇ ਕੇਵਲ ਦੁਪਹਿਰ ਦੇ ਸਮੇਂ ਕੁਝ ਸਮੇਂ ਲਈ ਇਸ ਤੋਂ ਬਾਅਦ ਜੋ ਅਗਲੀ ਮੌਸਮ ਦੀ ਅਪਡੇਟ ਆਵੇਗੀ ਆਪਾਂ ਨਾਲ ਦੀ ਨਾਲ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ